ਪਰ ਮੈਨੂੰ ਇਹ ਪਤਾ ਹੈ ਵੀ ਅੱਜ ਮੈਂ ਬੈਠੀ ਹਾਂ ਨਾ, ਇਹਦੀ ਬਦੌਲਤ ਬੈਠੀ। ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ, ਔਰ ਇਹਨੇ ਆਪਣਾ ਫਰਜ਼ ਪੂਰਾ ਨਿਭਾਇਆ। ਤੇ ਆਂਟੀ ਨੂੰ ਡਿੱਗੇ ਪਏ ਸੀਗੇ ਤੇ ਲੋਕੀ ਲੰਘਦੇ ਪਏ ਲਾਗੂ, ਕੋਈ ਰੁਕਦਾ ਹੈ, ਕੋਈ ਵੇਖ ਕੇ ਇੱਦਾਂ ਨਿਕਲੀ ਜਾਂਦੇ ਪਏ ਸੀਗੇ। ਵਿੱਚ ਰੱਖਵਾ ਦੋ ਆਟੋ 'ਚ, ਮੈਂ ਛੱਡੂ ਨਾ, ਤੇ ਉਹ ਜੋ ਰੱਖਿਆ ਵਿੱਚ ਤੇ ਉਹ ਸਾਰੇ ਭੱਜ ਗਏ। ਪਰ ਮੈਨੂੰ ਇਹ ਪਤਾ ਹੈ ਵੀ ਅੱਜ ਮੈਂ ਬੈਠੀ ਹਾਂ ਨਾ, ਇਹਦੀ ਬਦੌਲਤ ਬੈਠੀ। ਇਹ 10 ਮਿੰਟ ਨਾ ਚੁੱਕਦਾ ਤੇ ਖੂਨ ਮੇਰਾ ਵਗੀ ਜਾਣਾ ਸੀ ਤੇ ਉੱਥੇ ਖਤਮ ਹੋ ਜਾਣਾ ਸੀ, ਪਰ ਇਸ ਬੱਚੇ ਨੇ ਮੈਨੂੰ ਬਚਾਇਆ। ਤੇ ਤੁਹਾਨੂੰ ਇਹ ਪਤਾ ਕਿ ਤੁਹਾਡਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਸੀ, ਕਿਹੜੀ? ਹੁਣ ਮੈਨੂੰ ਬਿਲਕੁਲ ਜ਼ਰਾ ਵੀ ਨਹੀਂ ਪਤਾ। ਤੇ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਨੇ, ਇੱਕ ਇਨਸਾਨੀਅਤ ਦੇ ਨਾਤੇ, ਕਿਉਂਕਿ ਤੁਹਾਡਾ ਕੋਈ ਆਪਸ 'ਚ ਰਿਸ਼ਤਾ ਵੀ ਨਹੀਂ ਹੈ, ਪਰ ਫਿਰ ਵੀ ਉਹਨਾਂ ਨੇ ਆਪਣੇ ਖੂਨ ਦੇ ਰਿਸ਼ਤੇ ਤੋਂ ਵੀ ਵੱਧ ਜਿਹੜੀ ਇੱਕ ਜ਼ਿੰਮੇਵਾਰੀ ਨਿਭਾਈ। ਇਹ ਇੱਕ ਇਨਸਾਨੀਅਤ ਆ, ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ, ਔਰ ਇਹਨੇ ਆਪਣਾ ਫਰਜ਼ ਪੂਰਾ ਨਿਭਾਇਆ, ਲਾਸਟ ਤੱਕ ਨਿਭਾਇਆ। ਅਖੀਰ ਵੀ ਫੋਨ ਵੀ ਕਰਦੇ ਰਹੇ ਇਹਨਾਂ ਨੂੰ, ਜਿਹਦਾ ਨੰਬਰ ਸੀ ਹੈ ਨਾ। ਤੇ ਪੂਰੇ ਸਮਾਜ ਵਾਸਤੇ ਕਿੰਨਾ ਕੇ ਵੱਡਾ ਸੁਨੇਹਾ ਹੈ ਜੋ ਇਹਨਾਂ ਨੇ ਜ਼ਿੰਮੇਵਾਰੀ। ਬਹੁਤ ਵੱਡਾ ਸੁਨੇਹਾ, ਇਹ ਸਭ ਨੂੰ ਇੰਜ ਕਰਨਾ ਚਾਹੀਦਾ, ਨਾ ਕਿ ਤੜਫਦਾ ਛੱਡ ਕੇ ਭੱਜ ਜਾਏ ਕੋਲੋਂ ਨੀ, ਹੈ ਨਾ, ਦੌੜ ਜਾਏ, ਇਹ ਨਹੀਂ ਅੱਛਾ। ਜਦੋਂ ਇਹ ਸਾਰਾ ਕੁਝ ਦੱਸ ਰਹੇ ਕਿ ਤੁਹਾਨੂੰ ਹਸਪੀਟਲ ਪਹੁੰਚਾਇਆ, ਤੁਹਾਨੂੰ ਕੋਈ ਹੋਸ਼ ਹੈ ਕਿ ਤੁਹਾਡੇ ਨਾਲ ਕੀ ਹੋਇਆ ਸੀ ਉਸ ਦਿਨ? ਨਾ, ਮੈਨੂੰ ਤਾਂ ਕੁਛ ਪਤਾ ਨਹੀਂ, ਹੁਣ ਮੈਨੂੰ ਪਤਾ ਲੱਗਦਾ ਮੈਨੂੰ ਬੜੀ ਬੁਰੀ ਤਰ੍ਹਾਂ ਬੋਲੀ ਆ, ਪਰ ਮੈਨੂੰ ਹੁਣ ਮਹਿਸੂਸ ਹੋ ਰਿਹਾ ਕਿ ਮੈਂ ਇੰਜ ਕਿਉਂ ਬੋਲਿਆ ਜਦਕਿ ਇਹਨੇ ਮੇਰੀ ਜਾਨ ਬਚਾਈ। ਪਰ ਤੁਸੀਂ ਉਦੋਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ, ਪਰ ਤੁਹਾਡੀ ਜਾਨ ਵੀ ਬਚ ਗਈ, ਤੁਸੀਂ ਅੱਜ ਆਪਣੇ ਪਰਿਵਾਰ ਦੇ ਵਿੱਚ ਹੋ, ਤੇ ਕੀ ਕਹਿਣਾ ਚਾਹੋਗੇ ਇਹਨਾਂ ਦੇ ਬਾਰੇ? ਮੈਂ ਬੜਾ ਬੜਾ ਇਹਦਾ ਸ਼ੁਕਰੀਆ, ਮੇਰਾ ਬੇਟਾ ਹੀ ਹੈ, ਬੱਚਾ ਹੈ, ਪਰ ਇਹਨੇ ਬੱਚਿਆਂ ਵਾਲਾ ਹੀ ਕੰਮ ਕੀਤਾ, ਬਹੁਤ ਅੱਛਾ ਕੰਮ ਕੀਤਾ। ਮੈਂ ਉਸ ਦਿਨ ਦੀ ਇਸ ਨੂੰ ਦੇਖਣ ਵਾਸਤੇ, ਭਾਜੀ ਮੈਂ ਨਾ ਬੱਚੇ ਲਗਾਏ ਸਕੂਲ ਦੇ, ਆਟੋ ਚਲਾਉਂਦਾ ਮੈਂ, ਤੇ ਮੈਂ ਲੰਘਦਾ ਬੱਚੇ ਲੈਣ ਜਾ ਰਿਹਾ ਸੀਗਾ ਤੇ ਆਂਟੀ ਨੂੰ ਡਿੱਗੇ ਪਏ ਸੀਗੇ ਤੇ ਲੋਕੀ ਲੰਘਦੇ ਪਏ ਲਾਗੂ, ਕੋਈ ਰੁਕਦਾ ਹੈ, ਕੋਈ ਵੇਖ ਕੇ ਇੱਦਾਂ ਨਿਕਲੀ ਜਾਂਦੇ ਪਏ ਸੀਗੇ। ਤੇ ਮੇਰਾ ਡੈਮ ਹੈ, ਮੈਂ ਵੀ ਤੇਜ਼ ਨਿਕਲ ਗਿਆ ਪਹਿਲਾਂ, ਫਿਰ ਮੈਂ ਡਿੱਗੇ ਦੇਖੇ ਜਦੋਂ, ਫਿਰ ਵਾਪਸ ਆਇਆ ਮੈਂ, ਫਿਰ ਵੇਖਿਆ ਤਾਂ ਮੈਂ ਕਿਹਾ ਗਾਜੀ ਸੱਟ ਲੱਗੀ ਹੋਈ ਇਹਨਾਂ ਦੇ, ਤੇ ਫਿਰ ਮੈਂ ਚੱਕਿਆ ਰੁਮਾਲ ਮੁਲ ਬੰਨੇ ਇਹਨਾਂ ਦੇ, ਤੇ ਉਸ ਤੋਂ ਬਾਅਦ ਇੱਕ ਜਾਣੇ ਨੂੰ ਕਿਹਾ ਮੇਰੇ ਨਾਲ ਵਿੱਚ ਰਖਵਾ ਦਿਓ ਆਟੋ 'ਚ, ਮੈਂ ਛੱਡੂ ਨਾ, ਤੇ ਉਹ ਜੋ ਰੱਖਿਆ ਵਿੱਚ ਤੇ ਉਹ ਸਾਰੇ ਭੱਜ ਗਏ। ਉਹ ਮੈਂ ਮੇਰੇ ਨਾਲ ਚੱਲੋ ਕੋਈ ਜਣਾ, ਇੱਕ ਦੋ ਜਾਣੇ ਤਾਂ ਜਾਣ ਮੈਂ ਨਾ, ਤੇ ਮੈਂ ਡਰ ਗਿਆ ਉਦੋਂ ਉਸ ਟਾਈਮ, ਤੇ ਮੈਂ ਫਿਰ ਇੱਕ ਦੋ ਜਣੇ ਨਾਲ ਮੇਰੇ ਆਏ ਤੇ ਫਿਰ ਉੱਥੇ ਪਹੁੰਚਾਇਆ ਹੋਸਪਿਟਲ ਤੁਹਾਨੂੰ ਗੋਲਡਨ। ਉਸ ਤੋਂ ਬਾਅਦ ਘਰਦਿਆਂ ਤੁਹਾਨੂੰ ਫੋਨ ਕਰ ਦਿੱਤਾ ਸਾਰਿਆਂ ਨੂੰ, ਹੁਣ ਠੀਕ ਨੇ? ਤੇ ਤੁਸੀਂ ਅੱਜ ਹੁਣ ਆਂਟੀ ਦੇ ਨਾਲ ਬੈਠੇ ਹੋ, ਕਿੰਨੀ ਖੁਸ਼ੀ ਮਹਿਸੂਸ ਕਰ ਰਹੇ? ਬਹੁਤ ਵਧੀਆ ਲੱਗਦਾ ਪਿਆ ਆਂਟੀ, ਸਹੀ ਹੈ, ਬਿਲਕੁਲ ਸਹੀ ਆਂਟੀ, ਬਹੁਤ ਵਧੀਆ ਲੱਗਦਾ ਪਿਆ। ਮੈਂ ਤਾਂ ਫੋਨ ਕਰਕੇ ਪੁੱਛਦਾ ਵੀ ਰਹਿੰਦਾ ਕਿੱਦਾਂ ਠੀਕ ਨੇ ਆਂਟੀ, ਇਹਨਾਂ ਨੂੰ ਫੋਨ ਕਰਦਾ ਸੀ ਮੈਂ, ਇਹਨਾਂ ਦਾ ਨੰਬਰ ਜੀ ਮੈਂ ਦੱਸ ਦਿੰਦਾ। ਮੈਂ ਤਾਂ ਆਪਣਾ ਸਪੈਸ਼ਲ ਨੰਬਰ ਦੇ ਗਿਆ ਅੰਕਲ ਨੂੰ, ਕੋਈ ਗੱਲ ਹੋਈ ਤਾਂ ਤੁਹਾਨੂੰ ਦੱਸਿਓ ਜ਼ਰੂਰ, ਫੇਰ ਆਵਾਂਗਾ ਮੈਂ। ਕੋਈ ਉਹਨਾਂ ਲੋਕਾਂ ਲਈ ਕੀ ਮੈਸੇਜ ਆ ਜਿਹੜੇ ਕਈ ਲੋਕ ਡਰ ਜਾਂਦੇ ਆ? ਇਦਾਂ ਨਾ ਕਰੋ ਭਾ, ਜੇ ਕੋਈ ਡਿੱਗਾ ਵਾ ਚੱਕ ਕੇ ਹੋਸਪਿਟਲ ਤੱਕ ਪਹੁੰਚਾ ਦਿਓ, ਤੇ ਹੁਣ ਤਾਂ ਸਰਕਾਰ 2000 ਰੁਪਇਆ ਵੀ ਦਿੰਦੀ ਹੈ। ਬਿਲਕੁਲ, ਸਰਕਾਰ ਨੇ ਤਾਂ ਹੁਣ ਕਿਹਾ ਕਿ ਸਭ ਤੋਂ ਪਹਿਲਾਂ ਉਹਦੀ ਜਾਨ ਬਚਣੀ ਚਾਹੀਦੀ। ਹਾਂ, ਉਹ 2000 ਰੁਪਏ ਦਿੰਦੀ ਸਰਕਾਰ, ਮੈਨੂੰ ਉੱਥੇ ਫਾਰਮ ਭਰਨ ਨੂੰ ਕਹਿੰਦੇ, ਮੈਂ ਨਹੀਂ ਭਰਨਾ, ਉੱਥੇ ਕਹਿ ਰਹੇ ਸੀ ਮੈਨੂੰ, ਮੈਂ ਨਹੀਂ ਭਰਨਾ। ਥੈਂਕ ਯੂ।